ਹੈਲੋ ਦੋਸਤੋ ਸਟੱਡੀ ਅਨਦਰ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਆਪਾਂ ਸੋਸ਼ਲ ਸਟੱਡੀ ਜਾਂ ਸੋਸ਼ਲ ਸਾਇੰਸ ਦਾ ਜਿਹੜਾ ਕੁਐਸਚਨ ਆਨਸਰਾਂ ਦਾ ਪਾਰਟ ਅੱਜ ਪੰਜ ਲੈ ਕੇ ਆਏ ਆ ਜਿਹਦੇ ਵਿੱਚ ਆਪਾਂ ਪਹਿਲੇ ਪਾਰਟ ਦੇ ਵਿੱਚ ਸਟਾਰਟਿੰਗ ਦੇ ਵਿੱਚ ਆਪਾਂ ਮਿਕਸ ਐਮਸੀਕਿਊ ਦਾ ਪਹਿਲਾ ਪਾਰਟ ਸੀ ਅੱਜ ਆਪਾਂ ਮਿਕਸ ਐਮਸੀਕਿਊ ਦਾ ਦੂਜਾ ਪਾਰਟ ਸਟਾਰਟ ਕਰਨ ਜਾ ਰਹੇ ਹਾਂ ਵੈਸੇ ਤਾਂ ਇਹਦੀ ਟੌਪਿਕ ਵਾਈ ਸੀਰੀ ਵੀ ਸਟਾਰਟ ਆ ਜਿਹਦੇ ਵਿੱਚ ਆਪਣੇ ਕੋਲੇ ਪਾਰਟ 2 ਪਾਰਟ 3 ਅਤੇ ਪਾਰਟ 4 ਉਹ ਟੌਪਿਕ ਵਾਈ ਸ਼ੁਰੂ ਕੀਤੇ ਤੁਸੀਂ ਉਹ ਵੀ ਵੀਡੀਓ ਦੇਖ ਲਓ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੋਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਓ ਤਾਂ ਦੋਸਤੋ ਸ਼ੁਰੂ ਕਰਦੇ ਆ ਸਭ ਤੋਂ ਪਹਿਲਾ ਕੁਐਸਚਨ ਵਿਚ ਵਨ ਆਫ ਦੀ ਫੋਲੋਇੰਗ ਇਜ਼ ਨਾਟ ਅ ਇੰਡੋ ਪਾਕ ਡਿਸਪਿਊਟ ਬੀਹੇਟ ਲਿਖਿਆ ਵਿੱਚੋਂ ਕਿਹੜਾ ਭਾਰਤ ਪਾਕਿਸਤਾਨ ਦਾ ਵਿਵਾਦ ਨਹੀਂ ਡਿਸਪਿਊਟ ਇੱਕ ਝਗੜਾ ਨਹੀਂ ਹੈਗਾ ਤਾਂ ਆਪਾਂ ਰਾਈਟ ਆਨਸਰ ਵੱਲ ਜਾਣੇ ਪਹਿਲਾਂ ਰਾਈਟ ਆਨਸਰ ਹੈਗਾ ਇਹਦਾ ਆਪਸ਼ਨ ਨੰਬਰ ਸੀ ਜਾਨੀ ਕਿ ਡਾਇਗ੍ਰਾਮ ਡਿਸਪਿਊਟ ਡਾਇਗ੍ਰਾਮ ਡਿਸਪਿਊਟ ਕੀ ਸੀਗਾ ਇਹ 1954 ਦੇ ਵਿੱਚ ਪਾਕਿਸਤਾਨ ਤੇ ਭਾਰਤ ਦੇ ਡਾਇਗ੍ਰਾਮ ਅੰਗਰਪੋਟਾ ਅਤੇ 베ਰੂਵਾਰੀ 베ਰੂਵਾਰੀ ਇਨਕਲੇਵਸ ਇਨਕਲੇਵਸ ਦੇ ਉੱਤੇ ਇੱਕ ਸੰਧੀ ਉੱਤੇ ਹਸਤਾਖਰ ਕੀਤੇ ਸੀ। ਦੈਗਰਾਮ ਅੰਗਰਪੋਟਾ ਸੰਧੀ ਅਨੁਸਾਰ ਪਾਕਿਸਤਾਨ ਨੂੰ ਜਾਣਾ ਸੀਗਾ। ਜਦੋਂ ਕਿ 베ਰੂਵਾਰੀ ਹੈ ਜਿਹੜਾ ਉਹਨੂੰ ਭਾਰਤ ਤੇ ਪਾਕਿਸਤਾਨ ਵਿਚਕਾਰ ਜਿਵੇਂ ਕਿ ਉੱਤਰੀ 베ਰੂਵਾਰੀ ਨੂੰ ਭਾਰਤ ਤੇ ਦੱਖਣੀ 베ਰੂਵਾਰੀ ਨੂੰ ਪਾਕਿਸਤਾਨ ਵਿੱਚ ਵੰਡਿਆ ਜਾਣਾ ਸੀਗਾ। ਇਹ ਸੀਗਾ ਜਿਹੜੇ ਸਿਆਚਨ ਗਲੇਸ਼ੀਅਰ ਹੋ ਵੀ ਇੱਕ ਡਿਸਪਿਊਟ ਇੱਕ ਜਿਹੜਾ ਸਰਹੰਦਪਾਰ ਹੱਦਬੰਦ ਏ ਵੀ ਇੱਕ ਡਿਸਪਿਊਟ ਆ ਇੱਕ ਜਿਹੜਾ ਇਹ ਜਿਹੜਾ ਸਰਕਰੀਕ ਸਰਕਰੀਕ ਮੂਲ ਰੂਪ ਵਿੱਚ ਬਾਂਗਾਂਗਾਂ ਭਾਰਤ ਤੇ ਪਾਕਿਸਤਾਨ ਦੀ ਸਰਹੰਦ ਉੱਤੇ ਸਿੰਧ ਦਰਿਆਾਂ ਦੇ ਡੈਲਟਾ ਦੇ ਬੇਜਾਨ ਦਲਦਲ ਖੇਤਰ ਵਿੱਚ 96 ਕਿਲੋਮੀਟਰ ਦਾ ਜਿਹੜਾ ਸਮੁੰਦਰੀ ਮੋਰਚ ਏ ਵੀ ਇੰਡੋਪਾਕ ਡਿਸਪਿਊਟ ਨੈਕਸਟ ਆਪਣੇ ਕੋਲ ਕੁਐਸਚਨ ਹੈਗਾ ਵਿਚ ਆਫ ਦੀ ਫੋਲੋਇੰਗ ਇਜ਼ ਦੀ ਕਲੋਸਟ ਲੇਅਰ ਟੂ ਦੀ ਅਰਥ ਸਰਫੇਸ ਇਨ ਵਿੱਚ ਆਲ ਵੈਦਰ ਅਕਰ ਇਹ ਲਿਖਿਆ ਵਿੱਚੋਂ ਕਿਹੜੀ ਪਰਤ ਧਰਤੀ ਦੀ ਸਤ੍ਹਾ ਦੀ ਸਭ ਤੋਂ ਨਜ਼ਦੀਕੀ ਪਰਤ ਆ ਜਿਸ ਵਿੱਚ ਸਾਰਾ ਮੌਸਮ ਵਾਪਰਦਾ ਹੈ ਤਾਂ ਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ ਬੀ Troposphere Troposphere ਕੀ ਇਹ ਬਾਜੂਮੰਡਲ ਦੀ ਸਭ ਤੋਂ ਪਹਿਲੀ ਤੇ ਸਭ ਤੋਂ ਹੇਠਲੀ ਸਤ੍ਹਾ ਜਿਹਦੇ ਵਿੱਚ ਕੀ ਆ 75% ਪੁੰਜ ਹੁੰਦਾ ਪੂਰੇ ਬਾਜੂਮੰਡਲ ਦਾ ਜੇ ਆਪਾਂ ਕਰੀਏ ਗੱਲ ਜਲਵਾਸ਼ਪ ਅਤੇ ਐਰੋਸੋਲ ਐਰੋਸੋਲ ਕੀ ਜਾਂ ਤਰਲ ਅਤੇ ਠੋਸ ਕਣ ਹੁੰਦੇ ਆ ਜਿਹਦੇ ਵਿੱਚ ਸਲਫੇਟ ਦੇ ਕਾਰਬਨ ਦੇ ਧੂੜ ਦੇ ਸਮੁੰਦਰੀ ਲੂਣ ਦੇ ਕਣ ਹੁੰਦੇ ਆ ਇਹਦੇ ਟੋਟਲ ਮਾਸ ਦਾ 99% ਹੁੰਦਾ ਇਸ ਵਰਗ ਦੇ ਇਹ ਉਪਰਤਾ ਜਿੱਥੇ ਸਾਰੀਆਂ ਮੌਸਮੀ ਪ੍ਰਤੀਕਰਿਆਵਾਂ ਹੁੰਦੀਆਂ ਨੇ ਵਿਚਵਨ ਹੈਜ਼ 1/3 ਆਫ ਦੀ ਲੈਂਡ ਸਰਫੇਸ ਇਨ ਦੀ ਵਰਲਡ ਸੰਸਾਰ ਵਿੱਚ ਕਿਹੜਾ ਕਹਿੰਦਾ ਜਮੀਨ ਦੀ ਸਤਹ ਦਾ 1/3 ਹਿੱਸਾ ਤਾਂ ਦਾ ਰਾਈਟ ਆਨਸਰ ਆਇੰਦਾ ਆਪਸ਼ਨ ਨੰਬਰ ਸੀ ਜਾਨੀ ਕਿ ਪੈਸੀਫਿਕ ਓਸ਼ਨ ਪੈਸੀਫਿਕ ਦਾ ਮਤਲਬ ਹੁੰਦਾ ਪ੍ਰਸ਼ਾਂਤ ਮਹਾਸਾਗਰ ਧਰਤੀ ਦੇ ਪੰਜ ਸਮੁੰਦਰੀ ਭਾਗਾਂ ਵਿੱਚ ਵਿੱਚੋਂ ਸਭ ਤੋਂ ਵੱਡਾ ਅਤੇ ਡੂੰਘਾ ਨੈਕਸਟ ਆ ਗਿਆ ਰਸੀਦੀ ਟਿਕਟ ਇਜ਼ ਐਨ ਆਟੋ ਬਾਇਓਗ੍ਰਾਫੀ ਰਿਟਨ ਬਾਏ ਰਸੀਦੀ ਟਿਕਟ ਕਿ ਕ ਸਵੇ ਜੀ ਬਣੀ ਹੈ ਇਹ ਕਿਸ ਦੁਆਰਾ ਲਿਖੀ ਗਈ ਤਦਰਾ ਰਾਈਟ ਆਨਸਰ ਹੈਗਾ অপਸ਼ਨ ਨੰਬਰ ਡੀ ਜਾਨੀ ਕਿ ਅਮਰਤਾ ਪ੍ਰੀਤਮ ਅਮਰਤਾ ਪ੍ਰੀਤਮ ਕੌਣ ਇੱਕ ਭਾਰਤੀ ਨਾਵਲਕਾਰ ਲੇਖਕਕਾਰ ਤੇ ਕਵੀ ਆ ਜਿਨੇ ਪੰਜਾਬੀ ਤੇ ਹਿੰਦੀ ਵਿਚ ਲਿਖਿਆ ਉਹਨਾਂ ਨੇ 1956 ਦੇ ਸਾਹਿਤ ਅਕਾਦਮੀ ਪੁਰਸਕਾਰ ਦੀ ਪ੍ਰਾਪਤ ਜਿਹੜਾ ਸਾਹਿਤ ਅਕਾਦਮੀ ਪੁਰਸਕਾਰ ਸੀ ਉਹ 1956 ਚ ਮਿਲਿਆ ਸੀ ਨੈਕਸਟ ਆ ਗਿਆ ਦਾ ਫੇਮਸ ਮਣੀਕਰਨ ਗੁਰਦੁਆਰਾ ਇਜ਼ ਸਿਚੁਏਟਿਡ ਔਨ ਦੀ ਵੈਂਕ ਆਫ ਵਿਚ ਨਗਰ ਪ੍ਰਸਿੱਧ ਕਹਿੰਦਾ ਮਣੀਕਰਨ ਗੁਰਦੁਆਰਾ ਕਿਸ ਨਦੀ ਦੇ ਕੰਢੇ ਤੇ ਸਥਿਤ ਹੈ ਤਾਂ ਦਾ ਰਾਈਟ ਆਨਸਰ ਹੈ অপਸ਼ਨ ਨੰਬਰ ਸੀ ਜਾਨੀ ਕਿ ਪਾਰਵਤੀ ਰਿਵਰ ਮਣੀਕਰਨ ਗੁਰਦੁਆਰਾ ਹਿਮਾਚਲ ਪ੍ਰਦੇਸ਼ ਚ ਸਥਿਤ ਦਾ ਬਾਹਰੀ ਦ੍ਰਿਸ਼ ਜੋ ਮਣੀਕਰਨ ਵਿਖੇ ਸਥਿਤ ਪ੍ਰਸਿੱਧ ਗਰਮ ਪਾਣੀ ਦੇ ਖੂਹ ਅਤੇ ਇਸ ਦੁਆਰਾ ਵਗਦੀ ਪਾਰਵਤੀ ਨਦੀ ਦੀ ਵਿਸ਼ੇਸ਼ਤਾ ਰੱਖਦਾ ਹੈ ਨੈਕਸਟ ਵਨ ਆ ਦੋਸਤੋ ਦਾ ਨੇਮ ਆਫ ਦੀ ਰੀਜੈਂਟ ਹੂ ਰੇਨਡ ਫਾਰ ਅਕਬਰ ਵਾਸ ਅਕਬਰ ਲਈ ਰਾਜ ਕਰਨ ਵਾਲੇ ਰਾਜਕੁਮਾਰ ਦਾ ਨਾਮ ਕੀ ਸੀ ਤਾਂ ਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ ਸੀ ਜਾਨੀ ਕਿ ਵੈਰਾਮ ਖਾਨ ਇਹ ਮਿਲਟਰੀ ਇਹ ਮੁਗਲ ਸੈਨਾ ਵਿੱਚ ਮਿਲਟਰੀ ਕਮਾਂਡਰ ਤੇ ਕਮਾਂਡਰ ਇਨ ਚੀਫ ਰਹਿ ਚੁੱਕਾ ਸੀ ਨੈਕਸਟ ਵਨ ਆ ਗਿਆ ਹੂ ਰਿਟਰਨਡ ਹਿਸ ਨਾਈਟਹੁਡ ਆਫਟਰ ਦੀ ਜਲਿਆਂਵਾਲਾ ਬਾਗ ਮਾਸਕਰੀ ਜਿਲ੍ਹਾ ਬਾਲਾ ਬਾਗ ਦੇ ਸਾਕਤ ਤੋਂ ਕਿਸ ਨੇ ਨਾਈਟ ਹੁੱਡ ਬਾਂਪਸ ਕੀਤਾ ਸੀ ਵੀ ਜਿਹੜਾ ਨਾਈਟ ਹੁੱਡ ਸੀਗਾ ਇਹ ਇੱਕ ਅਵਾਰਡ ਸੀਗਾ ਵੀ ਕਿਹਨੇ ਬਾਂਪਸ ਕੀਤਾ ਸੀ ਇਹਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ ਡੀ ਯਾਨੀ ਕਿ ਰਵਿੰਦਰਨਾਥ ਟੈਗੋਰ ਨੇ ਜਿਲ੍ਹਾ ਵਾਲੇ ਬਾਗ 13 ਅਪ੍ਰੈਲ ਨੂੰ 1919 ਨੂੰ ਅੰਮ੍ਰਿਤਸਰ ਵਿੱਚ ਇਕੱਠੇ ਹੋ ਸੀ ਜਦੋਂ ਲੋਕ ਉਦੋਂ ਵੀ ਜਿਹੜੇ ਗੋਲੀ ਕਾਂਡ ਹੋਗਾ ਸੀ ਉੱਥੇ ਉਸ ਤੋਂ ਬਾਅਦ ਬਹੁਤ ਲੋਕਾਂ ਦੀ ਹੱਤਿਆ ਹੋ ਗਈ ਸੀ ਤਾਂ ਉਸ ਤੋਂ ਬਾਅਦ ਜਿਹੜਾ ਨਾਈਟ ਹੁੱਡ ਅਵਾਰਡ ਰਵਿੰਦਰਨਾਥ ਨੂੰ ਮਿਲਿਆ ਸੀ ਗਾਂਧੀ ਦੁਆਰਾ ਦਿੱਤਾ ਗਿਆ ਸੀ ਉਹ ਹੋਣ ਵਾਪਸ ਕਰ ਦਿੱਤਾ ਸੀ ਨੈਕਸਟ ਆਪਣੇ ਕੋਲੇ ਆ ਗਿਆ ਬੈਨਵਾਂਸ ਦੀ ਬਜਟ ਸਿਸਟਮ ਇੰਟਰੋਡਿਊਸਡ ਫਾਰ ਦੀ ਫਸਟ ਟਾਈਮ ਇਨ ਇੰਡੀਆ ਭਾਰਤ ਚ ਪਹਿਲੀ ਵਾਰ ਕਹਿੰਦਾ ਬਜਟ ਪ੍ਰਣਾਲੀ ਕਦੋਂ ਸ਼ੁਰੂ ਕੀਤੀ ਗਈ ਸੀ ਤਾਂ ਦਾ ਰਾਈਟ ਆਨਸਰ ਹੈ অপਸ਼ਨ ਨੰਬਰ ਬੀ 1860 ਦੇ ਵਿੱਚ ਬਜਟ ਪ੍ਰਣਾਲੀ ਜਿਹੜੀ ਕਹਿੰਦਾ ਬ੍ਰਿਟਿਸ਼ ਸਰਕਾਰ ਦੁਆਰਾ ਬਣਾਈ ਗਈ ਸੀ 7 ਅਪ੍ਰੈਲ 1860 ਦੇ ਵਿੱਚ ਤਾਂ ਤੁਸੀਂ ਜਦੋਂ ਮੈਂ ਕੁਐਸਚਨ ਬੋਲਦਾ ਹੁੰਦਾ ਤਾਂ ਤੁਸੀਂ ਖੁਦ ਵੀ ਗੈਸ ਲਾਇਆ ਕਰੋ ਵੀ ਦਾ ਆਨਸਰ ਕੀ ਹੋ ਸਕਦਾ ਤੇ ਥੱਲੇ ਕਮੈਂਟ ਚ ਜਰੂਰ ਲਿਖਿਆ ਕਰੋ ਕਿਉਂਕਿ ਉਹਨਾਂ ਨਾਲ ਅਬਿਲਿਟੀ ਜ਼ਿਆਦਾ ਹੁੰਦੀ ਆ ਆਪਣੀ ਯਾਦ ਰੱਖਣ ਦੀ ਨੈਕਸਟ ਕੁਐਸਚਨ ਆ ਗਿਆ ਵਿੱਚ ਇੰਡੀਆ ਨੂੰ ਫਾਊਂਡੇਡ ਦੀ ਨੈਟਲ ਇੰਡੀਅਨ ਕਾਂਗਰਸ ਨੈਟਲ ਇੰਡੀਅਨ ਕਾਂਗਰਸ ਸਥਾਪਨਾ ਕਿਸ ਨੇ ਕੀਤੀ ਸੀ ਤਾਂ ਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ ਸੀ ਯਾਨੀ ਕਿ ਮਹਾਤਮਾ ਗਾਂਧੀ ਦੁਆਰਾ ਨੈਟਲ ਇੰਡੀਅਨ ਕਾਂਗਰਸ ਇੱਕ ਸੰਘਰਸ਼ ਸੀ ਸੰਗਠਨ ਸੀ ਸੌਰੀ ਜਿਸ ਦਾ ਆਦੇਸ਼ ਦੱਖਣੀ ਅਫਰੀਕਾ ਵਿੱਚ ਭਾਰਤੀਆਂ ਦੇ ਨਾਲ ਮਾੜੇ ਪਿੱਤਕ੍ਰੇਲੀ ਲੜਦਾ ਸੀ ਇਸ ਦੀ ਸਥਾਪਨਾ 22 ਅਗਸਤ 1894 ਚ ਹੋਈ ਸੀ ਥੋੜਾ ਜਿਹਾ ਇਹ ਵੀ ਯਾਦ ਰੱਖੋ 22 ਅਗਸਤ 1894 ਵਿੱਚ ਮਹਾਤਮਾ ਗਾਂਧੀ ਦੁਆਰਾ ਨੈਕਸਟ ਆਪਣੇ ਕੋਲ ਵਿੱਚ ਆਫ ਦੀ ਫੋਲੋਇੰਗ ਵਾਸ ਨਾਟ ਬਿਲਟ ਡਿਊਰਿੰਗ ਦੀ ਤੁਗਲਕ ਪੀਰੀਅਡ ਹੇਠ ਲਿਖਿਆਂ ਵਿੱਚੋਂ ਕਿਹੜਾ ਤੁਗਲਕ ਕਾਲ ਵਿੱਚ ਨਹੀਂ ਬਣਾਇਆ ਗਿਆ ਸੀ ਕੀ ਚੀਜ਼ ਨਹੀਂ ਬਣਾਈ ਗਈ ਸੀ ਇਹਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ ਸੀ ਜਾਨੀ ਕਿ ਜਾਮਾ ਮਸਜਿਦ ਕਿਉਂਕਿ ਜਾਮਾ ਮਸਜਿਦ ਜਿਹੜੀ ਦਿੱਲੀ ਦੇ ਵਿੱਚ ਸੀ ਇਹ ਮੋਗਲ ਸਾਮਰਾਜ ਸਾਹਜਾਂ ਵੱਲੋਂ ਬਣਾਈ ਗਈ ਸੀ ਤੇ ਇਹਦੇ ਉਸਤਾਦ ਜਿਹੜਾ ਖਾਲੀਲ ਦੁਆਰਾ ਡਿਜ਼ਾਈਨ ਕੀਤੀ ਗਈ। ਨੈਕਸਟ ਕੁਐਸਚਨ ਆ ਗਿਆ। ਔਨ ਵਟ ਮੈਟਰ ਵਾਸ ਦੀ ਫਾਈਟ ਬੀਟਨ ਮੁਹੰਮਦ ਗੋਰੀ ਐਂਡ ਪਿਰਥਵੀ ਰਾਜ ਚੋਹਾਨ ਕਿਸ ਗੱਲ ਨੂੰ ਲੈ ਕੇ ਮੁਹੰਮਦ ਗੋਰੀ ਅਤੇ ਪਿਰਥਵੀ ਰਾਜ ਚੋਹਾਨ ਵਿਚਕਾਰ ਲੜਾਈ ਹੋਈ ਸੀ? ਤਾਂ ਉਹ ਕੀ ਕਿਹੜੀ ਲੜਾਈ ਕਿਹਾ ਜਾਂਦਾ ਸੀ ਮਤਲਬ? ਇਹਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ A ਯਾਨੀ ਕਿ ਬੈਟਲ ਆਫ ਤਰੇਨ ਫਸਟ ਬੈਟਲ ਜਿਹੜੀ 1191 ਵਿੱਚ ਹੋਈ ਸੀ। ਇਹ ਲੜਾਈ ਮੁਹੰਮਦ ਗੋਰੀ ਅਤੇ ਪਿਰਥਵੀ ਰਾਜ ਚੋਹਾਨ ਵਿਚ ਹੋਈ ਸੀ ਜਿਸ ਵਿੱਚ ਪਿਰਥਵੀ ਰਾਜ ਚੋਹਾਨ ਦੀ ਜਿੱਤ ਹੋਈ ਸੀ। ਦੂਜੀ ਲੜਾਈ 1192 ਵਿੱਚ ਹੋਈ ਸੀ। ਉਸ ਵਿੱਚ ਮੁਹੰਮਦ ਗੋਰੀ ਜਿੱਤਿਆ ਸੀ ਤਾਂ ਇੱਕ ਤੀਜੀ ਲੜਾਈ ਵੀ ਹੋਈ ਸੀ ਬਸ ਦੋ ਕ ਯਾਦ ਰੱਖ ਲਓ ਤੁਸੀਂ ਵੀ ਇਹ ਮੁਹੰਮਦ ਗੋਰੀ ਅਤੇ ਸੌਰੀ ਮੁਹੰਮਦ ਗੋਰੀ ਅਤੇ ਪਿਰਤਵੀ ਰਾਜਾ चौहान ਵਿੱਚ ਹੋਈ ਸੀ ਨੈਕਸਟ ਕੁਐਸਚਨ ਹੈਗਾ ਵਿਚ ਆਫ ਦੀ ਫੋਲੋਇੰਗ ਇਜ਼ ਕੇਰਲਜ਼ ਮੋਸਟ ਐਸੈਂਸ਼ੀਅਲ ਔਰ ਸਟੈਪਲ ਕ੍ਰੋਪ ਕਹਿ ਸਕਦੇ ਆਪਾਂ ਹੇਠ ਲਿਖੇ ਵਿੱਚੋਂ ਕਿਹੜਾ ਕੇਰਲੀ ਸਭ ਤੋਂ ਜ਼ਰੂਰੀ ਜਾਂ ਮੁੱਖ ਫਸਲ ਹੈ ਤਾਂ ਦਾ ਰਾਈਟ ਆਨਸਰ ਰਹੇਗਾ ਆਪਸ਼ਨ ਨੰਬਰ A ਜਾਨੀ ਕਿ ਰਾਈਸ ਰਾਈਸ ਆ ਜਿਹੜੇ ਇਹ ਜੇ ਆਪਾਂ ਕੁੱਲ ਖੇਤੀ ਜੋਗ ਇਹਦੀ ਗੱਲ ਕਰੀਏ ਉਹਦੇ 7.46% ਦੇ ਵਿੱਚ ਰਾਈਸ اگਾਈ ਜਾਂਦੇ। ਨੈਕਸਟ ਕੁਐਸਚਨ ਆ ਗਿਆ ਥੇਰ ਇਸ ਦੀ ਦਰਗਾਹ ਫੁਸ਼ੀਕ ਖਵਾਜਾ ਕুতਬਦੀਨ ਬਖਤਿਆਰ ਕਾਕੀ ਲਿਕੇਟਡ। ਸ਼ੇਖ ਖਵਾਜਾ ਕুতਬਦੀਨ ਬਖਤਿਆਰ ਕਾਂਕੀ ਦੀ ਦਰਗਾਹ ਕਿੱਥੇ ਸਥਿਤ ਹੈ? ਤਦ ਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ ਡੀ ਯਾਨੀ ਕਿ ਦਿੱਲੀ ਦੇ ਵਿੱਚ। ਨੈਕਸਟ ਵਨ ਆਪਣੇ ਕੋਲ ਹੈਗਾ ਥੇਰ ਇਸ ਦਾ ਜੋਜਲਾ ਪਾਸ ਲਿਕੇਟਡ। ਜੋਜਲਾ ਪਾਸ ਕਿੱਥੇ ਸਥਿਤ ਹੈ? ਤਦ ਇਹਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ ਵੀ ਜੰਮੂ ਐਂਡ ਕਸ਼ਮੀਰ ਦੇ ਵਿੱਚ ਇਹ ਪਾਸ ਕਨੈਕਟ ਕਰਦਾ ਕਸ਼ਮੀਰ ਵੈਲੀ ਤੋਂ ਲਦਾਖ ਨੂੰ ਨੈਕਸਟ ਆ ਗਿਆ ਆਪਣੇ ਕੋਲੇ ਟੈਰੀ ਡੈਮ ਆਫ ਉੱਤਰਾਖੰਡ ਹੈਜ਼ ਬੀਨ ਕੰਸਟਰਕਟਡ ਔਨ ਦੀ ਰਿਵਰ ਨਦੀ ਕਿਹੜੀ ਨਦੀ ਉੱਤੇ ਉੱਤਰਾਖੰਡ ਦਾ ਟੈਰੀ ਡੈਮ ਬਣਾਇਆ ਗਿਆ ਹੈ ਤਾਂ ਦਾ ਰਾਈਟ ਆਨਸਰ ਆ ਗਿਆ অপਸ਼ਨ ਨੰਬਰ ਸੀ ਜਾਨੀ ਕਿ ਵਾਗੈਰਥੀ ਇਹ ਜਿਹੜਾ ਟੈਰੀ ਡੈਮ ਵਾਗੈਰਥੀ ਰਿਵਰ ਤੇ ਬਣਾਇਆ ਹੋਇਆ ਇਹ ਦੇਸ਼ ਦਾ 12ਵਾਂ ਲੰਬਾ ਡੈਮ ਹੈ ਤਾਂ ਦੋਸਤੋ ਈਸੀ ਸੋਸ਼ਲ ਸਾਇੰਸ ਦੇ ਜਿਹੜਾ ਮਿਕਸ ਐਮ ਐਨ ਸੀ ਕਿਉ ਦੀ ਸੀਰੀਜ਼ ਆ ਉਹਦਾ ਦੂਜਾ ਪਾਰਟ ਇਹਦੇ ਵਿੱਚ ਕੀ ਆ ਆਪਾਂ ਟਾਪਿਕ ਮੈਂ ਜੀ ਨਹੀਂ ਸਟਾਰਟ ਕਰਦੇ ਜੋ ਵੀ ਕੁਐਸਚਨ ਆਪਾਂ ਨੂੰ ਵਧੀਆ ਲੱਗਦੇ ਆ ਉਹੋ ਕੁਐਸਚਨ ਆਪਾਂ ਇਹਦੇ ਵਿੱਚ ਡਿਸਕਸ ਕੀਤੇ ਸੀ ਹੁਣ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੋਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਘੰਟੀ ਵਾਲਾ ਬਟਨ ਜਰੂਰ ਦਬਾ ਲਓ ਇੱਕ ਤੁਹਾਨੂੰ ਮੈਂ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਟੈਲੀਗ੍ਰਾਮ ਦਾ ਲਿੰਕ ਦਿੰਦਾ ਟੈਲੀਗ੍ਰਾਮ ਚੈਨਲ ਜੁਆਇਨ ਜਰੂਰ ਕਰ ਲਓ ਕਿਉਂਕਿ ਉਹਦੇ ਵਿੱਚ ਆਪਾਂ ਕੁਐਸਚਨ ਵੀ ਪਾਉਂਦੇ ਰਹਿੰਨੇ ਆ ਹਰ ਇੱਕ ਵੀਡੀਓ ਆਪਾਂ ਉਹਦੇ ਵਿੱਚ ਪਾਉਂਦੇ ਰਹਿੰਦੇ ਆ ਤਾਂ ਕਿ ਤੁਹਾਨੂੰ ਜੇ YouTube ਤੇ ਨਹੀਂ ਪਤਾ ਲੱਗਦਾ ਤਾਂ ਉਹਦੇ ਤੋਂ ਵੀਡੀਓ ਦੇਖ ਸਕੋ ਤਾਂ ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਹਿੰਦ